ਨੂੰ ਇਨਫੋਰਮੇਸ਼ਨ ਆਈ ਹੈ ਕਿ ਅਮਰਜੀਤ ਕੌਰ ਨੇ ਕੰਪਲੇਂਟ ਦਰਜ ਕਰਵਾਈ ਹੈ ਕਿ ਉਸਦਾ ਜਿਹੜਾ ਬੇਟਾ ਹੈ ਬੰਟੀ, ਜਿਸ ਦੀ ਉਮਰ ਕਰੀਬ 10-12 ਸਾਲ ਦੀ ਹੈ, ਉਸ ਨੂੰ ਨਾਮਲੂਮ ਬੰਦਿਆਂ ਨੇ ਅਗਵਾ ਕਰ ਲਿਆ ਹੈ। ਇਤਲਾਹ ਮਿਲਦੇ ਸਾਰ ਹੀ ਸਰਦਾਰ ਮਨਦੀਪ ਸਿੰਘ ਸਿੱਧੂ SSP ਪਟਿਆਲਾ ਜੀ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ, ਜਿਸ ਦੇ ਵਿੱਚ SP ਸਿਟੀ ਸਾਹਿਬ, DSPR, ਮੈਂ ਅਤੇ SHO ਜੁਲਕਾ ਅਤੇ SHO ਸਦਰ ਪਟਿਆਲਾ, ਇਹਨਾਂ ਦੀ ਇੱਕ ਸਿੱਟ SSP ਸਾਹਿਬ ਵੱਲੋਂ ਬਣਾਈ ਗਈ, ਜੋ ਸਿੱਟ ਨੇ ਫੌਰੀ ਕਾਰਵਾਈ ਕਰਦੇ ਹੋਏ ਕਈ ਪਹਿਲੂਆਂ 'ਤੇ ਕੰਮ ਕੀਤਾ, ਜਿਸ ਦੇ ਵਿੱਚ ਅਸੀਂ ਸਾਰੇ CCTV ਕੈਮਰੇ ਉੱਥੋਂ ਦੇ ਚੈੱਕ ਕੀਤੇ, ਜਿਹੜੀ ਉਹਨਾਂ ਦੀ ਪੁਰਾਣੀ ਕੋਈ ਗੱਲਬਾਤ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਬੱਚੇ ਦਾ ਕਿਤੇ ਵੀ ਪਤਾ ਨਹੀਂ ਸੀ ਲੱਗ ਰਿਹਾ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਮੁਕੱਦਮਾ ਦਰਜ ਕਰਨ ਤੋਂ ਬਾਅਦ ਆਪਣੀ ਤਫਤੀਸ਼ ਨੂੰ ਹੋਰ ਅੱਗੇ ਲਿਜਾਂਦੇ ਹੋਏ, ਜਦੋਂ ਅਸੀਂ ਸ਼ਾਮ ਤੱਕ ਆਪਣੇ ਸਾਰੇ ਸੋਰਸ ਕਾਇਮ ਕੀਤੇ ਹੋਏ ਸੀ, ਸਾਰੀ ਜਿਹੜੀ ਸਾਡੀ ਟੀਮਾਂ ਕੰਮ 'ਤੇ ਲੱਗੀਆਂ ਹੋਈਆਂ ਸੀ, ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਇੱਕ ਛੋਟਾ ਬੱਚਾ ਹੈਗਾ ਉਹ ਬਾਬਾ ਭੀਖਮ ਸ਼ਾਹ ਦਰਗਾਹ 'ਤੇ ਪਿੰਡ ਕੜਾਮ ਉੱਥੇ ਦੇਖਿਆ ਗਿਆ ਬੱਚਾ। ਫੌਰੀ ਉੱਥੇ ਪੁਲਿਸ ਪਾਰਟੀ, ਅਸੀਂ ਸਾਰੇ ਉੱਥੇ ਪਹੁੰਚੇ, ਪਹੁੰਚ ਕੇ ਇੱਕ ਛੋਟੇ ਬੱਚੇ ਨੂੰ ਅਸੀਂ ਉੱਥੋਂ ਰਿਕਵਰ ਕੀਤਾ, ਉਹ ਉਹਨਾਂ ਗੱਲਬਾਤ ਕੀਤੀ ਅਤੇ ਉਸਨੇ ਦੱਸਿਆ ਕਿ ਉਸਦਾ ਨਾਮ ਬੰਟੀ ਹੈ। ਅਤੇ ਜਿਹੜੇ ਉੱਥੇ ਹੋਰ ਸ਼ਰਧਾਲੂਗਣ ਉੱਥੇ ਮੱਥਾ ਟੇਕਣ ਲਈ ਆਏ ਸੀ, ਉਹਨਾਂ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਕਿ ਇਹ ਦੱਸ ਰਿਹਾ ਸੀਗਾ ਕਿ ਇਹਦੀ ਮਾਂ ਜਿਹੜੀ ਅਮਰਜੀਤ ਕੌਰ, ਜਿਹਨੇ ਮੁਕੱਦਮਾ ਦਰਜ ਕਰਾਇਆ ਸੀ ਗਵਾਹ ਦਾ, ਅਤੇ ਉਹਦਾ ਜਿਹੜਾ ਵੱਡਾ ਭਰਾ ਹੈ, ਉਹ ਦੋਨੇ ਜਣੇ ਇੱਥੇ ਛੱਡ ਕੇ ਆਏ ਇਹ ਬੱਚੇ ਨੂੰ ਗਏ ਨੇ। ਉਸ ਤੋਂ ਬਾਅਦ ਤਫਤੀਸ਼ ਦੇ ਵਿੱਚ ਇੱਕ ਨਵਾਂ ਮੋੜ ਆਉਣ 'ਤੇ ਅਸੀਂ ਉੱਥੇ ਸਾਰੇ ਜਿਹੜੇ ਦਰਗਾਹ ਦੇ ਉੱਪਰ ਕੈਮਰੇ ਲੱਗੇ ਹੋਏ ਸੀ, ਉਹਨਾਂ ਨੂੰ ਅਸੀਂ ਸਰਚ ਕੀਤਾ। ਕੈਮਰਿਆਂ ਦੇ ਸਰਚ ਕਰਨ 'ਤੇ ਉਹ 'ਤੇ ਬੜਾ ਕਲੀਅਰ ਆ ਗਿਆ ਕਿ ਜਿਹੜੀ ਇਹ ਮਾਂ, ਜਿਹੜੀ ਜਿਹਨਾਂ ਨੇ ਮੁਕੱਦਮਾ ਦਰਜ ਕਰਾਇਆ ਸੀ, ਸ਼੍ਰੀਮਤੀ ਅਮਰਜੀਤ ਕੌਰ ਅਤੇ ਉਹਨਾਂ ਦਾ ਜਿਹੜਾ ਵੱਡਾ ਬੇਟਾ ਹੈ ਬਲਵਿੰਦਰ ਸਿੰਘ, ਇਹ ਦੋਨੇ ਜਣੇ ਮੋਟਰਸਾਈਕਲ 'ਤੇ ਇਸ ਬੰਟੀ ਮੁੰਡੇ ਨੂੰ, ਜਿਹਨੂੰ ਅਗਵਾ ਕਰਨ ਦਾ ਨਾਟਕ ਰਚਿਆ ਗਿਆ ਸੀ, ਉਹਨੂੰ ਖੁਦ ਹੀ ਸਵੇਰੇ ਛੱਡ ਕੇ ਗਏ ਸੀ ਦਰਗਾਹ 'ਤੇ। ਉਸ ਤੋਂ ਇਲਾਵਾ ਸਾਡੇ ਕੋਲ ਹੋਰ ਐਵੀਡੈਂਸਿਸ ਵੀ ਆਏ, ਸਰਕਮਸਟਾਂਸ਼ੀਅਲ ਐਵੀਡੈਂਸਿਸ ਆਏ, ਅਤੇ ਹੋਰ ਅਸੀਂ ਟੈਕਨੀਕਲ ਰਿਕਾਰਡ ਨੂੰ ਅਸੀਂ ਜਿਹੜਾ ਆਪਣੇ ਸੰਗਿਆਨ 'ਚ ਲਿਆ, ਉਹਦੀ ਸਾਰੀ ਕਾਰਵਾਈ ਕਰਦੇ ਹੋਏ ਇਹ ਅਸੀਂ ਇਸ ਸਿੱਟੇ 'ਤੇ ਪੁੱਜ ਗਏ ਵੀ ਇਹ ਜਿਹੜੀ ਅਮਰਜੀਤ ਕੌਰ ਹੈ, ਇਹਨਾਂ ਨੇ ਖੁਦ ਹੀ ਇਹ ਨਾਟਕ ਕੀਤਾ ਸੀਗਾ, ਇਹ ਸਾਜਿਸ਼ ਕੀਤੀ ਸੀਗੀ ਕਿ ਇਹ ਬੱਚੇ ਨੂੰ ਅਗਵਾ ਕਰਨ ਦੀ, ਜਦਕਿ ਬੱਚਾ ਉੱਥੋਂ ਜਦੋਂ ਜਿਹੜਾ ਗੁੱਗਾ ਮਾੜੀ 'ਤੇ ਗਏ ਸੀਗੇ ਕਿਸੇ ਦੇ ਘਰ ਪ੍ਰੋਗਰਾਮ 'ਤੇ, ਉੱਥੋਂ ਤਫਤੀਸ਼ 'ਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਉਹਨਾਂ ਦਾ ਨੇਬਰ ਸੀ ਮੇਜਰ ਸਿੰਘ, ਉਹਦੇ ਨਾਲ ਉੱਥੇ ਤਕਰਾਰ ਹੋਇਆ ਸੀ ਬੱਚਿਆਂ ਦਾ, ਅਤੇ ਮੇਜਰ ਸਿੰਘ ਕਿਉਂਕਿ ਸ਼ਰਾਬੀ ਹਾਲਤ ਵਿੱਚ ਸੀਗਾ, ਅਤੇ ਮੇਜਰ ਸਿੰਘ ਨੇ ਉਹਨਾਂ ਨੂੰ ਘੂਰਿਆ ਉੱਥੇ, ਅਤੇ ਬੱਚੇ ਡਰਦੇ ਮਾਰੇ ਉੱਥੋਂ ਗਲੀ 'ਚੋਂ ਜਦੋਂ ਭੱਜੇ ਹੈ, ਅਤੇ ਸ਼ਾਮ ਦਾ ਟਾਈਮ ਸੀ 7-8 ਵਜੇ ਦਾ, ਅਤੇ ਉਹ ਜਿਹੜਾ ਛੋਟਾ ਬੱਚਾ ਸੀ ਉਹ ਗਲੀ ਦੇ ਵਿੱਚੋਂ ਦੂਜੇ ਪਾਸੇ ਹੋ ਗਿਆ, ਅਤੇ ਵੱਡਾ ਬੱਚਾ ਉਹ ਘਰ ਜਾ ਕੇ ਉਹਨੇ ਮਾਤਾ ਨੂੰ ਕਹਿਤਾ ਕਿ ਮੇਜਰ ਨੇ ਉੱਥੇ ਸਾਨੂੰ ਕੁੱਟਿਆ ਘੂਰਿਆ, ਅਤੇ ਇਸ ਕਰਕੇ ਜਿਹੜਾ ਬੱਚਾ ਵੀ ਉਹਨੇ ਅਗਵਾਹ ਕਰ ਲਿਆ। ਉਹੀ ਇਤਲਾਹ ਪੁਲਿਸ ਕੋਲ ਇਨੀਸ਼ਲੀ ਜਦੋਂ ਆ ਗਈ ਅਤੇ ਉਸ 'ਤੇ ਅਸੀਂ ਮੁਕੱਦਮਾ ਦਰਜ ਕੀਤਾ, ਪਰੰਤੂ ਪੜਤਾਲ 'ਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਉਹ ਬੱਚਾ ਸੀਗਾ ਬੰਟੀ, ਉਹ ਜਦ ਤੱਕ ਤਾਂ ਪੁਲਿਸ ਪਿੰਡ 'ਚ ਛਾਨਬੀਨ ਕਰਦੀ ਰਹੀ, ਰਾਤ ਦੇ 2-2:30 ਵਜੇ ਤੱਕ ਅਸੀਂ ਸਾਰੇ ਉੱਥੇ ਰਹੇ ਹਾਂ, ਅਸੀਂ ਇਕੱਲੇ ਇਕੱਲੇ ਘਰ 'ਚ ਔਰ ਇਕੱਲੇ ਇਕੱਲੇ ਨੇੜੇ ਪਿੰਡਾਂ 'ਚ, ਖੇਤਾਂ 'ਚ, ਘੱਗਰ 'ਚ, ਘੱਗਰ ਦੇ ਨਾਲ ਜਿੰਨੇ ਵੀ ਉੱਥੇ ਖੇਤਾਨ ਨੇ ਉਹਨਾਂ ਦੇ ਵਿੱਚ ਅਸੀਂ ਸਰਚ ਕਰ ਰਹੇ ਸੀ। ਅਸੀਂ ਸਵੇਰ ਦੇ ਕਰੀਬ 2:30-3 ਵਜੇ ਤੱਕ ਅਸੀਂ ਉੱਥੇ ਸਰਚ ਓਪਰੇਸ਼ਨ ਜਾਰੀ ਰੱਖਿਆ, ਅਤੇ ਜਦੋਂ ਪੁਲਿਸ ਪਾਰਟੀ 3:00 ਉੱਥੋਂ ਵਾਪਸ ਆ ਗਈ ਹੈ, ਅਤੇ ਉਸ ਤੋਂ ਬਾਅਦ ਇਹ ਬੱਚਾ ਆਪਣੇ ਘਰ ਚਲਾ ਗਿਆ ਸੀ ਸਵੇਰੇ 3:00 ਉਸੇ ਦਿਨ ਉਸੇ ਰਾਤ, ਅਤੇ ਮਾਤਾ ਉਹਦੀ ਸਵੇਰੇ ਅਤੇ ਵੱਡਾ ਭਰਾ ਉਹਨੂੰ ਉੱਥੇ ਮਜ਼ਾਰ ਦੇ ਵਿੱਚ ਛੱਡਿਆ। ਅਤੇ ਪੜਤਾਲ 'ਚ ਹੁਣ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਮੇਜਰ ਦੇ ਖਿਲਾਫ ਇਹ ਐਲੀਗੇਸ਼ਨ ਲਗਾ ਕੇ ਉਸ ਤੋਂ ਕੋਈ ਪੈਸੇ ਵਗੈਰਾ ਦੀ ਬਾਂਹ 'ਚ ਡਿਮਾਂਡ ਕਰਨੀ ਸੀਗੀ, ਅਤੇ ਇਹ ਸਾਰੀ ਸਾਜਿਸ਼ ਦਾ ਜਿਹੜਾ ਪਰਦਾ